ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਕ ਵਾਰ ਫਿਰ ਤੋਂ ਕਾਂਗਰਸ ਸਰਕਾਰ ਨੂੰ ਲੰਮੇ ਹੱਥੀ ਲਿਆ ਹੈ। ਅੰਮ੍ਰਿਤਸਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਕਰਕੇ ਹੀ ਜਿਨ੍ਹਾਂ ਲੋਕਾਂ ਦੀ ਜਾਨ ਗਈ ਹੈ, ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਵੀ ਗਈ ਹੈ, ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਰਕਾਰ ਦੀ ਕੋਈ ਵੀ ਹਮਦਰਦੀ ਵੇਖਣ ਨੂੰ ਨਹੀਂ ਮਿਲ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸਿਰਫ ਸਮਾਂ ਲੰਘਾ ਰਹੀ ਹੈ। ਪੰਜਾਬ ਦੀ ਹੁਕਮਰਾਨ ਕਾਂਗਰਸ ਦੀ ਸਰਕਾਰ ਹੈ, ਉਹਨਾਂ ਦੀ ਦੋਗਲੇ ਮਾਪਦੰਡ ਅਤੇ ਉਹਨਾਂ ਦਾ ਜਿਹੜੇ ਪਰਿਵਾਰਾਂ ਦੀ ਜਾਨ ਕਾਂਗਰਸ ਦੀ ਹੁਕਮਰਾਨ ਦੇ MLA ਕਰਕੇ ਸਰਕਾਰ ਕਰਕੇ ਜਿਨ੍ਹਾਂ ਨੇ ਆਪਦੀ ਪਰਿਵਾਰਾਂ ਨੇ ਜਾਨਾਂ ਗਵਾਈਆਂ ਨੇ ਜਾਂ ਜਿਨ੍ਹਾਂ ਨੇ ਆਪਣੀ ਪਰਮਨੈਂਟ ਡਿਸੇਬਿਲਿਟੀ ਹੋਈ ਆ, ਜਿਨ੍ਹਾਂ ਦੀ ਆਈਸਾਈਟ ਚਲੀ ਗਈ ਆ, ਅੱਖਾਂ ਦੀ ਰੋਸ਼ਨੀ ਚਲੀ ਗਈ ਹੈ, ਉਹਨਾਂ ਪਰਿਵਾਰਾਂ ਨਾਲ ਕਿਸੇ ਤਰੀਕੇ ਦੀ ਵੀ ਸਰਕਾਰ ਦੀ ਕੋਈ ਹਮਦਰਦੀ ਵੇਖਣ ਨੂੰ ਨਹੀਂ ਮਿਲ ਰਹੀ। ਕੇਵਲ ਅਤੇ ਕੇਵਲ ਇਹ ਐਟੀਟਿਊਡ ਅਪਣਾਇਆ ਜਾ ਰਿਹਾ ਕਿ ਕਿਵੇਂ ਸਮਾਂ ਟਪਾਓ, ਮੌਕਾ ਟਪਾਓ, ਖਬਰਾਂ ਲੱਗਣ ਤੋਂ ਹਟ ਜਾਣ ਅਤੇ ਗੱਲ ਲੋਕ ਭੁੱਲ ਜਾਣ ਅਤੇ ਗੱਲ ਗਾਂਹ ਜਾਵੇ। ਮੈਂ ਵਾਰ ਵਾਰ ਆਈ ਵਾਰੀ ਭਾਵੇਂ ਇਹ ਗੱਲ ਨੂੰ ਲਿਆਉਂਦਾ, ਮਗਰ ਮੈਂ ਇਸੇ ਲਈ ਲਿਆਉਂਦਾ ਕਿ ਜੋ ਕੁਛ ਬਟਾਲੇ ਬਲਾਸਟ ਜਾਂ ਦੁਸਹਿਰੇ ਦੇ ਇੰਸੀਡੈਂਟ ਦਾ ਹੋਇਆ, ਉਹ ਕੁਛ ਇੱਥੇ ਹੋ ਰਿਹਾ। ਅੱਜ ਵੀ ਸਾਡੇ ਤਰਨ ਤਾਰਨ ਜ਼ਿਲ੍ਹੇ ਵਾਲੇ ਉਹਨਾਂ ਨੇ ਸੰਪਰਕ ਕੀਤਾ, ਕਿਉਂਕਿ ਸਰਕਾਰ ਨੇ ਇਹ ਸਰਕਾਰ ਕੋਲ ਮੰਗ ਉੱਠੀ ਸੀ ਕਿ ਇੱਕ ਤਾਂ ਕਾਰਵਾਈ ਕਰੋ 302 ਦੀ, ਜਿਨ੍ਹਾਂ ਨੇ ਸਪਿਰਿਟ ਵੇਚੀ ਹੈ, ਇੱਕ ਮੁਆਵਜ਼ੇ ਦੀ। ਦੋਨਾਂ ਕੰਮਾਂ 'ਚ ਸਰਕਾਰ ਫੇਲ ਹੋਈ ਹੈ। ਔਰ ਵੱਡੀ ਗੱਲ, ਦੁੱਖ ਦੀ ਗੱਲ ਹੈ ਕਿ ਜਿਹੜੇ ਪਰਮਾਨੈਂਟਲੀ ਡਿਸੇਬਲ ਹੋ ਗਏ, ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਪੱਕੀ ਚਲੀ ਗਈ ਹੈ, ਅੱਜ ਮੈਂ 5-6 ਜੀ ਤੁਹਾਡੇ ਕੋਲ ਲੈ ਕੇ ਆਇਆ, ਅਸੀਂ ਇਕੱਲੇ ਇਕੱਲੇ ਨਾਲ ਸੰਪਰਕ ਕਰਕੇ ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਤਾਂ ਚਾਹਵਾਂਗੇ ਤੁਸੀਂ ਵੀ ਕਰੋ, ਅਸੀਂ ਵੀ ਕਰਾਂਗੇ, ਜਿਨ੍ਹਾਂ ਦੇ ਕੋਲ ਅੱਜ ਤੱਕ ਨਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਕੋਈ ਪਹੁੰਚਿਆ, ਨਾ ਕਾਂਗਰਸ ਦੀ ਰੂਲਿੰਗ ਪਾਰਟੀ 'ਚੋਂ ਕੋਈ ਪਹੁੰਚਿਆ, ਨਾ ਕੋਈ MLA ਪਹੁੰਚਿਆ। ਕਰਤਾਰ ਸਿੰਘ ਜੀ ਇੱਥੇ ਬੈਠੇ ਹੈ, ਇਹਨਾਂ ਦਾ ਸੁਖਦੇਵ ਸਿੰਘ ਜੀ, ਮਹਿੰਦਰ ਸਿੰਘ ਜੀ, ਕੁਲਦੀਪ ਸਿੰਘ ਜੀ ਅਤੇ ਮੰਨਤ ਮਸੀਹ, ਅੱਜ 5 ਪਰਿਵਾਰ ਮੈਂ ਇੱਥੇ ਲੈ ਕੇ ਆਇਆ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਪੱਕੀ ਚਲੀ ਗਈ ਹੈ। ਔਰ ਮੈਨੂੰ ਬੜਾ ਅਫਸੋਸ ਹੋਇਆ, ਬੜਾ ਦੁੱਖ ਹੋਇਆ ਇਹਨਾਂ ਦੀ ਗੱਲ ਸੁਣ ਕੇ। ਦੋ ਤਿੰਨਾਂ ਨੇ ਤਾਂ ਸਰਕਾਰੀ ਹਸਪਤਾਲ 'ਚ ਵੀ ਜਿਹੜਾ ਇੰਜੈਕਸ਼ਨ ਲੱਗ ਰਹੇ ਸੀ ਉਹਨਾਂ ਦੇ ਖਰਚੇ ਆਪ ਦਿੱਤੇ ਆ। ਮਾਤਾ ਜੀ ਇੱਥੇ ਬੈਠੇ ਆ, ਆ ਇਹਨਾਂ ਦੇ ਹਸਬੈਂਡ ਹੈ, ਇਹਨਾਂ ਨੇ ਖਰਚਾ ਆਪ ਦਿੱਤਾ ਸਰਕਾਰੀ ਹਸਪਤਾਲ 'ਚ। ਜੇ ਫਿਰ ਇਹ ਤਾਂ ਸਿੱਧੇ ਪੋਲ ਖੁੱਲ੍ਹ ਗਈ ਸਰਕਾਰ ਦੀ ਕਿ ਤੁਸੀਂ ਤਾਂ ਕਹਿ ਰਹੇ ਸੀ ਖਰਚਾ ਸਾਡਾ, ਤਾਂ ਤੁਸੀਂ ਕਾਹਦਾ ਖਰਚਾ ਚੁੱਕ ਰਹੇ ਹੋ। ਔਰ ਇਹ ਆਪਦੀ ਗੱਲ ਮਾਤਾ ਜੀ ਹੁਣੇ ਦੱਸਣਗੇ ਵੀ ਇਸੇ ਤਰ੍ਹਾਂ ਇੱਥੇ ਸਾਡੇ ਮਹਿੰਦਰ ਸਿੰਘ ਜੀ, ਉਹਨਾਂ ਦਾ ਕਾਕਾ ਸ਼ਾਇਦ ਇੱਥੇ ਆਪਣਾ ਸਾਰਾ ਇਹਨੇ ਇਲਾਜ ਪ੍ਰਾਈਵੇਟ ਹਸਪਤਾਲ ਤੋਂ ਕਰਾਇਆ, ਇਹਦੇ ਕੋਲ ਆ ਫਾਈਲ ਵੀ ਆਪਦੀ, ਸਾਰਾ ਖਰਚਾ ਇਹ ਆਪ ਦੇ ਤੌਰ 'ਤੇ ਦੇ ਰਿਹਾ। ਇਹਨਾਂ ਨੂੰ ਅੱਜ ਤੱਕ ਕਿਸੇ ਨੇ ਸੰਪਰਕ ਹੀ ਨਹੀਂ ਕੀਤਾ। ਕਹਿਣ ਦਾ ਭਾਵ ਕਿ ਇਹ 5 ਪਰਿਵਾਰਾਂ 'ਚ, ਚਾਹੇ ਕੋਈ ਸਰਕਾਰੀ ਹਸਪਤਾਲ 'ਚ ਇਲਾਜ ਕਰਾ ਰਿਹਾ, ਉਹਨਾਂ ਨੂੰ ਆਪਣੀ ਜੇਬ 'ਚੋਂ ਰੁਪਈਆ ਵੀ ਕਿਉਂ ਦੇਣਾ ਪਿਆ, ਮੇਰਾ ਪਹਿਲਾ ਸਵਾਲ। ਔਰ ਜਿਹੜੇ ਪ੍ਰਾਈਵੇਟ ਇਲਾਜ ਕਰਾ ਰਹੇ ਆ, ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਜਾਣ ਦੀ ਕਿਉਂ ਲੋੜ ਪਈ? ਇਸ ਲਈ ਲੋੜ ਪਈ ਕਿਉਂਕਿ ਕਾਂਗਰਸ ਦੀ ਕਿਸੇ ਤਰੀਕੇ ਦੇ ਨਾਲ ਇਹਨਾਂ ਨਾਲ ਹਮਦਰਦੀ ਕੋਈ। ਔਰ ਵੱਡੀ ਗੱਲ, ਜਿਹੜੀ ਗੱਲ ਦੀ ਚਿੰਤਾ ਮਾਤਾ ਜੀ ਵੀ ਗੱਲ ਕਰਨਗੇ ਤੁਹਾਡੇ ਨਾਲ, ਮਾਤਾ ਜੀ ਕਹਿੰਦੇ ਜੀ ਦੇਖੋ ਅਸੀਂ ਦਿਹਾੜੀ ਕਰਨ ਵਾਲੇ ਲੋਕ ਸਾਂ, ਅਸੀਂ ਕੋਈ ਕਿਹੜਾ ਕੋਈ ਬਹੁਤ ਤਕੜੇ ਕਰੋ, ਸਰਕਾਰ ਦੀ ਅਣਗਹਿਲੀ ਕਰਕੇ ਸਾਡੇ ਪਰਿਵਾਰ ਨਾਲ ਐਡਾ ਦੁਖਦਾਈ ਆਸਰਾ ਵਾਪਰਿਆ। ਇੱਕ ਤਾਂ ਹੋ ਗਏ ਜਿਨ੍ਹਾਂ ਨੇ ਆਪਦੇ ਜੀ ਗਵਾ ਲਏ, ਦੂਜੇ ਸਾਡੇ ਨਾਲ ਤਾਂ ਸਾਰੀ ਉਮਰ ਲਈ ਜਿਹਨੇ ਬੰਦੇ ਨੇ ਕਮਾਉਣਾ ਸੀ, ਅੱਜ ਉਹ ਬੰਦੇ ਦੀ ਉਹਨੇ ਕਮਾਉਣ ਜੋਗਾ ਵੀ ਨਹੀਂ ਰਿਹਾ, ਸਾਨੂੰ ਉਹਨੂੰ ਸਾਂਭਣਾ। ਕੀ ਸਾਡੇ ਪਰਿਵਾਰ ਦੀ ਐਡੀ ਸਮਰੱਥਾ ਹੈ ਕਿ ਆਪਦੇ ਪਰਿਵਾਰ 'ਚੋਂ ਇੱਕ ਬੰਦਾ ਵਿਹਲਾ ਕਰ ਦਈਏ ਇਹਨਾਂ ਨੂੰ ਸਾਂਭਣ ਵਾਸਤੇ, ਔਰ ਸਰਕਾਰ ਸਾਡਾ ਪਤਾ ਹੀ ਨਹੀਂ ਲੈ ਰਹੀ? ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ DGP ਦਿਨਕਰ ਗੁਪਤਾ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਬਿਊਰੋ ਰਿਪੋਰਟ, ਪੰਜਾਬ ਟੂਡੇ।